ਇਹੇ ਮੇਰੇ ਮਾਈਂਡ ਵਿੱਚ ਇੱਕ ਅਚਾਨਕ ਹੀ ਇੱਕ ਖਿਆਲ ਆਇਆ ਪਲਾਨ ਆਇਆ ਕਿ ਇਹਨਾਂ ਬੱਚਿਆਂ ਨੂੰ ਜਿਹੜੀ ਹੈਗੀ ਥੋੜੀ ਜਿਹੀ ਜ਼ਿੰਮੇਵਾਰੀ ਤੇ ਪਛਾਣ ਦੀ ਭਾਵਨਾ ਇਹਨਾਂ ਵਿੱਚ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਕੁਝ ਬੱਚੇ ਜਿਹੜੇ ਸੀਗੇ ਉਹ ਬਿਨਾਂ ਡਿਸਪੀਨਲ ਤੋਂ ਬਿਨਾਂ ਕਿਸੇ ਵਰਦੀ ਤੋਂ ਸਕੂਲ ਆਉਂਦੇ ਸੀਗੇ ਤੇ ਇਹਨਾਂ ਵਿੱਚ ਜਿਹੜਾ ਹੈਗਾ ਬੱਚਿਆਂ 'ਚ ਇਹ ਮਾਈਂਡ ਦੇ ਵਿੱਚ ਇਹਨਾਂ ਦੇ ਆਣਾ ਚਾਹੀਦਾ ਸੀਗਾ ਕਿ ਅਸੀਂ ਪ੍ਰੋਪਰ ਡਰੈਸ ਅਪ ਕੋਕ ਸਕੂਲ ਦੇ ਵਿੱਚ ਆਣਾ ਹੈ ਬਈ ਤੇ ਪਰਿਵਾਰ ਦੀ ਗੱਲ ਕਰ ਲਈਏ ਮੇਰੇ ਪਰਿਵਾਰ ਦੇ ਵਿੱਚ ਜੇ ਸਾਰਾ ਹੀ ਮੇਰਾ ਸਕੂਲ ਵੀ ਮੇਰਾ ਪਰਿਵਾਰ ਹੈ ਤੇ ਘਰ ਦੇ ਵਿੱਚ ਜਿਹੜਾ ਮੇਰਾ ਬੇਟਾ ਵੀ ਹੈਗਾ ਛੋਟਾ ਜਿਹੜਾ ਬੇਟਾ ਵੀ ਦੇਖਦਾ ਹੋਏਗਾ ਕਿ ਮੇਰੀ ਮਦਰ ਜਿਹੜੇ ਨੇ ਸਕੂਲ ਡਰੈਸ ਪਾ ਕੇ ਸਕੂਲ ਜਾ ਰਹੇ ਨੇ ਉਹ ਫੇ ਕੀ ਕਹਿੰਦਾ ਕੁਝ ਬੋਲਦਾ ਮਤਲਬ ਗੱਲਬਾਤ ਤਾਂ ਹੁੰਦੀ ਹੈ ਬੱਚੇ ਕਾਫੀ ਹੁੰਦੇ ਨੇ ਸ਼ੈਤਾਨ ਹਾਂਜੀ ਉਹ ਕਹਿੰਦਾ ਮਮਾ ਤੁਸੀਂ ਬੱਚਿਆਂ ਵਾਲੀ ਡਰੈਸ ਕਿਉਂ ਪਾ ਕੇ ਜਾ ਰਹੇ ਹੋ ਤਾਂ ਮੈਂ ਕਹਾਂ ਬੇਟਾ ਵੀ ਸਾਡੇ ਬੱਚਿਆਂ ਨੂੰ ਜਿਹੜਾ ਹੈ ਥੋੜੀ ਜਿਹੀ ਪ੍ਰੇਰਣਾ ਦੀ ਲੋੜ ਹੈ ਬਹੁਤ ਖੁਸ਼ ਹੋਏ ਦੇਖ ਕੇ ਕਿ ਮੈਡਮ ਉਹ ਹੈਰਾਨ ਵੀ ਹੋਏ ਤੇ ਖੁਸ਼ੀ ਹੋਏ ਕਿ ਮੈਡਮ ਤੁਸੀਂ ਅੱਜ ਬੱਚਿਆਂ ਵਰਗੇ ਬਣ ਕੇ ਆ ਗਏ ਤਾਂ ਮੈਂ ਕਿਹਾ ਕਿ ਮੇਰਾ ਮਨ ਕੀਤਾ ਕਿ ਮੈਂ ਨਾ ਬੱਚਿਆਂ ਨੂੰ ਥੋੜਾ ਜਿਹਾ ਆਪਣੇ ਨੇੜੇ ਲੈ ਕੇ ਆਵਾਂ ਹੋਰ ਇਸ ਲਈ ਮੈਂ ਇਹ ਡਰੈਸ ਅਪ ਹੋ ਕੇ ਆਈ ਮਤਲਬ ਯਾਦ ਆਈ ਸਕੂਲ ਦੀ ਡਰੈਸ ਪਾ ਕੇ ਫਿਰ ਬਿਲਕੁਲ ਮੈਨੂੰ ਆਪਣੇ ਸਕੂਲ ਦੀ ਯਾਦ ਆਈ ਕਿ ਮੇਰੇ ਟੀਚਰ ਸੀਗੇ ਕਿੰਨੇ ਸਾਧਮੁਰਾਦੇ ਸੀਗੇ ਉਹ ਕਿੰਨੇ ਮਤਲਬ ਸਾਦਗੀ ਨਾਲ ਉਹਨਾਂ ਨੇ ਸਾਨੂੰ proper way ਨਾਲ ਪੜਾਉਂਦੇ ਸੀਗੇ ਮੈਨੂੰ ਹਜੇ ਵੀ ਆਪਣੀ 5ਵੀਂ ਕਲਾਸ ਯਾਦ ਆਉਂਦੀ ਹੈ ਮਲੇ 5ਵੀਂ ਕਲਾਸ ਦੇ ਟੀਚਰ ਜਿਹੜੇ ਉਹ ਵੀ ਬਹੁਤ ਯਾਦ ਆਉਂਦੇ ਨੇ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤੇ ਮੈਂ ਹਾਂ ਕਵਲਜੀਤ ਕਮ ਬਹੁਤ ਜਿਸ ਵੇਲੇ ਅਸੀਂ ਪਟਿਆਲਾ ਦੇ ਇੱਕ ਸਰਕਾਰੀ ਸਕੂਲ ਵੇਖਿਆ ਮੌਜੂਦ ਹਾਂ ਜਿੱਥੇ ਇੱਕ ਅਧਿਆਪਕ ਡਾਕਟਰ ਇੰਦਰਜੀਤ ਖੋਖਰ ਜਿਹੜੇ ਨੇ ਵਿਦਿਆਰਥੀਆਂ ਨਾਲ ਦੀ ਸਕੂਲ ਡਰੈਸ ਪਾ ਕੇ ਸੋਮਵਾਰ ਵਾਲੇ ਦਿਨ ਸਕੂਲ ਪਹੁੰਚਦੇ ਨੇ ਵਿਦਿਆਰਥੀਆਂ ਨੇ ਇੰਨਾ ਕੁਲ ਮਿਲ ਚੁਕੇ ਨੇ ਕਿ ਉਹਨਾਂ ਦੇ ਨਾਲ ਦੀ ਡਰੈਸ ਜਿਹੜੀ ਹੈ ਸਕੂਲ ਦੇ ਵਿੱਚ ਪਾ ਕੇ ਪਹੁੰਚਦੇ ਨੇ ਸੋ ਸਭ ਤੋਂ ਪਹਿਲਾਂ ਮੈਂ ਤਸਵੀਰ ਵਿਦਿਆਰਥੀਆਂ ਦੀ ਦਿਖਾਣੀ ਚਾਹਾਂਗਾ ਬੱਚਿਆਂ ਦੀ ਦਿਖਾਣੀ ਚਾਹਾਂਗਾ ਜਿਹੜੇ ਸਕੂਲ ਦੇ ਵਿੱਚ ਪੜਨ ਦੇ ਲਈ ਪਹੁੰਚਦੇ ਨੇ ਉਹ ਸਕੂਲ ਡਰੈਸ ਦੇ ਵਿੱਚ ਦਿਖਾਈ ਦੇ ਰਹੇ ਨੇ ਤੁਹਾਨੂੰ ਤਾਂ ਉਹਨਾਂ ਦੇ ਨਾਲ ਦੀ ਡਰੈਸ ਪਾ ਕੇ ਮੈਮ ਜਿਹੜੇ ਨੇ ਸਕੂਲ ਪਹੁੰਚੇ ਨੇ ਆਖਿਰਕਾਰ ਹਰ ਕੋਈ ਇਹ ਹੀ ਸੋਚ ਰਿਹਾ ਹੋਵੇਗਾ ਕਿ ਆਖਿਰਕਾਰ ਇਹ ਮੈਡਮ ਜਿਹੜੇ ਨੇ ਕਿਉਂ ਸਕੂਲ ਡਰੈਸ ਪਾ ਕੇ ਸਕੂਲ ਦੇ ਵਿੱਚ ਪਹੁੰਚੇ ਨੇ ਆਖਿਰਕਾਰ ਮੈਸੇਜ ਕੀ ਹੈ ਇਸ ਦਾ ਸਭ ਤੋਂ ਪਹਿਲਾਂ ਮੈਮ ਸਵਾਗਤ ਤੇ ਮੈਮ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗਾ ਕਿ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਆਪਾਂ ਇਹ ਸਕੂਲ ਡਰੈਸ ਪਾ ਕੇ ਸਕੂਲ ਜਾਣਾ ਹੈ ਕਿਉਂਕਿ ਆਸ ਤੱਕ ਕਿਸੇ ਨੂੰ ਨਹੀਂ ਦੇਖਿਆ ਹੈਗਾ ਇਸ ਤਰ੍ਹਾਂ ਹਾਂਜੀ ਇਹ ਮੇਰੇ ਮਾਈਂਡ ਵਿੱਚ ਇੱਕ ਅਚਾਨਕ ਹੀ ਇੱਕ ਖਿਆਲ ਆਇਆ ਪਲਾਨ ਆਇਆ ਕਿ ਇਹਨਾਂ ਬੱਚਿਆਂ ਨੂੰ ਜਿਹੜੀ ਹੈਗੀ ਥੋੜੀ ਜਿਹੀ ਜ਼ਿੰਮੇਵਾਰੀ ਤੇ ਪਛਾਣ ਦੀ ਭਾਵਨਾ ਇਹਨਾਂ ਵਿੱਚ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਕੁਝ ਬੱਚੇ ਜਿਹੜੇ ਸੀਗੇ ਉਹ ਬਿਨਾਂ ਡਿਸਪਲਨ ਤੋਂ ਬਿਨਾਂ ਕਿਸੇ ਵਰਦੀ ਤੋਂ ਸਕੂਲ ਆਉਂਦੇ ਸੀਗੇ ਤੇ ਇਹਨਾਂ ਵਿੱਚ ਜਿਹੜਾ ਹੈਗਾ ਬੱਚਿਆਂ 'ਚ ਇਹ ਮਾਈਂਡ ਦੇ ਵਿੱਚ ਇਹਨਾਂ ਦੇ ਆਣਾ ਚਾਹੀਦਾ ਸੀਗਾ ਕਿ ਅਸੀਂ ਪ੍ਰੋਪਰ ਡிரஸ் ਅਪ ਹੋ ਕੇ ਸਕੂਲ ਦੇ ਵਿੱਚ ਆਣਾ ਹੈ ਤਾਂ ਇਸ ਇਸ ਗੱਲ ਨੂੰ ਇਸ ਇਹਨਾਂ ਦੇ ਮਾਈਂਡ ਵਿੱਚ ਜਿਹੜਾ ਡਿਵੈਲਪ ਕਰਨ ਲਈ ਮੈਂ ਇਹ ਉਪਰਾਲਾ ਕੀਤਾ ਕਿ ਮੈਂ ਵੀ ਵਰਦੀ ਪਾ ਕੇ ਜਾਵਾਂ ਤਾਂ ਕਿ ਬੱਚੇ ਜਿਹੜੇ ਹੈਗੇ ਟੀਚਰ ਤੋਂ ਜ਼ਿਆਦਾ ਸਿੱਖਦੇ ਨੇ ਦੇਖ ਕੇ ਜਦੋਂ ਟੀਚਰ ਨੂੰ ਦੇਖਦੇ ਨੇ ਜਿਵੇਂ ਉਹ ਟੀਚਰ ਨੂੰ ਆਪਣੇ ਦੇਖਦੇ ਨੇ ਉਵੇਂ ਹੀ ਉਹ ਅਪਲਾਈ ਕਰਦੇ ਨੇ ਆਪਣੇ ਉੱਤੇ ਤਾਂ ਮੈਂ ਇਸ ਗੱਲ ਤੋਂ ਥੋੜਾ ਜਿਹਾ ਮੇਰੇ ਮਨ ਵਿੱਚ ਇਹ ਪਲਾਨ ਹੈ ਕਿ ਕਿਉਂ ਨਾ ਮੈਂ ਵੀ ਯੂਨੀਫਾਰਮ ਪਾ ਕੇ ਜਾਵਾਂ ਤਾਂ ਕਿ ਬੱਚੇ ਖੁਸ਼ ਹੋ ਸਕਣ ਬੱਚੇ ਦੇਖਣ ਦੇਖ ਸਕਣ ਕਿ ਜੇ ਸਾਡਾ ਟੀਚਰ ਵਰਦੇ ਵਿੱਚ ਆ ਸਕਦਾ ਤਾਂ ਅਸੀਂ ਕਿਉਂ ਨਹੀਂ ਆ ਸਕਦੇ ਹੈ ਤੁਸੀਂ ਸੁਣਿਆ ਆਏਗਾ ਕਿ ਮੈਸੇਜ ਇਹ ਸੀਗਾ ਕਿ ਜਿਹੜੇ ਬੱਚੇ ਸਕੂਲ ਡਰੈਸ ਪਾ ਕੇ ਜਿਹੜੇ ਸਕੂਲ ਨਹੀਂ ਆਉਂਦੇ ਸੀਗੇ ਤਾਂ ਉਹਨਾਂ ਨੂੰ ਇੱਕ ਚੰਗਾ ਮੈਸੇਜ ਦੇਣ ਦੇ ਲਈ ਇਹ ਮੈਡਮ ਜਿਹੜੇ ਨੇ ਸਕੂਲ ਦੇ ਵੀ ਸਕੂਲ ਡਰੈਸ ਪਾ ਕੇ ਪਹੁੰਚ ਰਹੇ ਨੇ ਤਾਂ ਜੋ ਇਹਨਾਂ ਨੂੰ ਦੇਖ ਕੇ ਜਿਹੜੇ ਬਾਕੀ ਬੱਚੇ ਨੇ ਸਕੂਲ ਡਰੈਸ ਜਿਹੜੇ ਨਹੀਂ ਪਾ ਕੇ ਆਉਂਦੇ ਤਾਂ ਉਹ ਜ਼ਰੂਰ ਸਕੂਲ ਡਰੈਸ ਪਾ ਕੇ ਆਣ ਮੈਮ ਇੱਕ ਬਾਉਂਡ ਹੁੰਦਾ ਨਾ ਇੱਕ ਵਿਦਿਆਰਥੀ ਤੇ ਅਧਿਆਪਕ ਦਾ ਕਿਸ ਤਰ੍ਹਾਂ ਦਾ ਚਾਰ ਰਿਹਾ ਹੋਂ ਬਹੁਤ ਵਧੀਆ ਚੱਲ ਰਿਹਾ ਜੀ ਬੱਚੇ ਜਿਹੜੇ ਹੈਗੇ ਆ ਉਹ ਮੇਰੇ ਨਾਲ ਆਪਣੇ ਮਨ ਦੀ ਹਰੇਕ ਭਾਵਨਾ ਸਾਂਝੀ ਕਰਦੇ ਨੇ ਜੋ ਵੀ ਇਹਨਾਂ ਦੇ ਘਰ ਦੇ ਵਿੱਚ ਹੈ ਜੋ ਵੀ ਇਹਨਾਂ ਦਾ ਘਰ ਦਾ ਮਾਹੌਲ ਹੈ ਉਸ ਦੇ ਅਕੋਰਡਿੰਗ ਜੋ ਵੀ ਇਹ ਨਿੱਕੀਆਂ ਮੋਟੀਆਂ ਗੱਲਾਂ ਮੈਨੂੰ ਦੱਸਣਾ ਚਾਹੁੰਦੇ ਨੇ ਆਪਣੇ ਮਨ ਦੀਆਂ ਉਹ ਜ਼ਰੂਰ ਸ਼ੇਅਰ ਕਰਦੇ ਨੇ ਮੇਰੇ ਨਾਲ ਮੈਨੂੰ ਫਰੈਂਡ ਦੇ ਤੌਰ ਤੇ ਦੇਖਦੇ ਨੇ ਕਿ ਇਹ ਸਾਡੇ ਫਰੈਂਡ ਨੇ ਮੈਮ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਜੇਕਰ ਪਰਿਵਾਰ ਦੀ ਗੱਲ ਕਰ ਲਈਏ ਹਾਂਜੀ ਮੇਰੇ ਪਰਿਵਾਰ ਦੇ ਵਿੱਚ ਇਹ ਸਾਰਾ ਹੀ ਮੇਰਾ ਸਕੂਲ ਵੀ ਮੇਰਾ ਪਰਿਵਾਰ ਹੈ ਤੇ ਘਰ ਦੇ ਵਿੱਚ ਜਿਹੜਾ ਹੈ ਕਿ ਮੇਰਾ ਬੇਟਾ ਵੀ ਹੈਗਾ ਛੋਟਾ ਇਹ ਕਹਦਾ ਬੇਟਾ ਵੀ ਦੇਖਦਾ ਹੋਏਗਾ ਕਿ ਮੇਰੀ ਮਦਰ ਜਿਹੜੇ ਨੇ ਸਕੂਲ ਡਰੈਸ ਪਾ ਕੇ ਸਕੂਲ ਜਾ ਰਹੇ ਨੇ ਉਹ ਫੇ ਕੀ ਕਹਿੰਦਾ ਕੁਝ ਬੋਲਦਾ ਮਤਲਬ ਗੱਲਬਾਤ ਤਾਂ ਹੁੰਦੀ ਹੈ ਬੱਚੇ ਕਾਫੀ ਹੁੰਦੇ ਨੇ ਸ਼ੇਤਾਂ ਹਾਂਜੀ ਉਹ ਕਹਿੰਦਾ ਮਮਾ ਤੁਸੀਂ ਬੱਚਿਆਂ ਵਾਲੀ ਡਰੈਸ ਕਿਉਂ ਪਾ ਕੇ ਜਾ ਰਹੇ ਹੋ ਤਾਂ ਮੈਂ ਕਿਹਾ ਬੇਟਾ ਵੀ ਸਾਡੇ ਬੱਚਿਆਂ ਨੂੰ ਜਿਹੜਾ ਹੈ ਥੋੜੀ ਜਿਹੀ ਪੇਰਣਾ ਦੀ ਲੋੜ ਹੈ ਕਿ ਅਸੀਂ ਤਾਂ ਤੈਨੂੰ ਚਲੋ ਕਰ ਕਰਦੇ ਆ ਤਿਆਰ ਕਰਕੇ ਭੇਜਦੇ ਆ ਸਕੂਲ ਪਰ ਇਹਨਾਂ ਬੱਚਿਆਂ ਦੇ ਪੇਰੈਂਟਸ ਵਿੱਚ ਕੋਈ ਜ਼ਿਆਦਾ ਇੰਨੀ ਜ਼ਿਆਦਾ ਉਹ ਨਹੀਂ ਹੈਗੇ ਜਾਗਰੂਕ ਨਹੀਂ ਹੈਗੇ ਤੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ ਅਨੁਸ਼ਾਸਨ ਘੱਟ ਹੁੰਦਾ ਹੈ ਕਿ ਕਿ ਇਹਨਾਂ ਬੱਚਿਆਂ ਦੇ ਵਿੱਚ ਵੀ ਥੋੜੀ ਜੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਸਕੂਲ ਦੇ ਵਿੱਚ ਪ੍ਰੋਪਰ ਡਰੈਸ ਅਪ ਹੋ ਕੇ ਜਾਣਾ ਹੈ ਤੇ ਪੇਰੈਂਟਸ ਨੂੰ ਵੀ ਜਦੋਂ ਇਹ ਜਾ ਕੇ ਦੱਸਦੇ ਨੇ ਤਾਂ ਪੇਰੈਂਟਸ ਵੀ ਬੜੇ ਇਸ ਗੱਲ ਤੋਂ ਖੁਸ਼ ਹੋਏ ਕਿ ਇਹਨਾਂ ਦੇ ਟੀਚਰ ਇਹਨਾਂ ਵਰਗੇ ਬਣ ਕੇ ਆਂਦੇ ਨੇ ਤਾਂ ਅਸੀਂ ਵੀ ਆਪਣੇ ਬੱਚੇ ਨੂੰ ਪ੍ਰੋਪਰ ਡਰੈਸ ਅਪ ਕਰਕੇ ਭੇਜੀਏ ਸਕੂਲ ਮੈਨੂੰ ਜਦੋਂ ਪਹਿਲੀ ਵਾਰ ਤੁਸੀਂ ਸਕੂਲ ਦੇ ਵਿੱਚ ਡਰੈਸ ਪਾ ਕੇ ਪਹੁੰਚੇ ਸੀਗੇ ਬਾਕੀ ਅਧਿਆਪਕ ਵੀ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਤਾਂ ਉਹਨਾਂ ਲਈ ਕੀ ਮਤਲਬ ਕੀ ਠੋੜੀ ਸੀਗਾ ਦਿਮਾਗ ਦੇ ਵਿੱਚ ਕੀ ਵਿਚਾਰ ਸੀਗਾ ਤੁਹਾਨੂੰ ਦੇਖ ਕੇ ਮਤਲਬ ਹੈਰਾਨ ਤਾਂ ਰਹੇਗੇ ਹੋਣਗੇ ਹਾਂਜੀ ਉਹ ਬਹੁਤ ਖੁਸ਼ ਹੋਏ ਦੇਖ ਕੇ ਕਿ ਮੈਡਮ ਉਹ ਹੈਰਾਨ ਵੀ ਹੋਏ ਤੇ ਖੁਸ਼ੀ ਹੋਏ ਕਿ ਮੈਡਮ ਤੁਸੀਂ ਅੱਜ ਬੱਚਿਆਂ ਵਰਗੇ ਬਣ ਕੇ ਆ ਗਏ ਤਾਂ ਮੈਂ ਕਿਹਾ ਕਿ ਮੇਰਾ ਮਨ ਕੀਤਾ ਕਿ ਮੈਂ ਇਹਨਾਂ ਬੱਚਿਆਂ ਨੂੰ ਥੋੜਾ ਜਿਆ ਆਪਣੇ ਨੇੜੇ ਲੈ ਕੇ ਆਵਾਂ ਹੋਰ ਇਸ ਲਈ ਮੈਂ ਇਹ ਡਰੈਸ ਅਪ ਹੋ ਕੇ ਆਈ ਮੈਡਮ ਜਿਸ ਤਰ੍ਹਾਂ ਹਰ ਕੋਈ ਸਕੂਲ ਦੇ ਵਿੱਚ ਪੜਦਾ ਤੁਸੀਂ ਵੀ ਸਕੂਲ ਦੇ ਵਿੱਚ ਪੜ ਕੇ ਆਣਾ ਜੇ ਮੁਕਾਮ ਹਾਸਲ ਕੀਤਾ ਕਿ ਬੱਚਿਆਂ ਨੂੰ ਪੜਾ ਰਹੇ ਹੋ ਤੁਸੀਂ ਹਨ ਮਤਲਬ ਉਹ ਯਾਦਾਂ ਜਿਹੜੀਆਂ ਸਕੂਲ ਦੇ ਵਿੱਚ ਉਹ ਨਹੀਂ ਜਾਂਦੀਆਂ ਹੈਗੀਆਂ ਤਾਂ ਤੁਹਾਨੂੰ ਮਤਲਬ ਯਾਦ ਆਈ ਸਕੂਲ ਦੀ ਐਡਰੈਸ ਪ ਬਿਲਕੁਲ ਮੈਨੂੰ ਆਪਣੇ ਸਕੂਲ ਦੀ ਯਾਦ ਆਈ ਕਿ ਮੇਰੇ ਟੀਚਰ ਸੀਗੇ ਕਿੰਨੇ ਸਾਧਮੁਰਾਦੇ ਸੀਗੇ ਉਹ ਕਿੰਨੇ ਮਤਲਬ ਸਾਦਗੀ ਨਾਲ ਉਹਨਾਂ ਨੇ ਸਾਨੂੰ ਪ੍ਰੋਪਰ ਵੇ ਨਾਲ ਪੜਾਉਂਦੇ ਸੀ ਕਿ ਮੈਨੂੰ ਹਜੇ ਵੀ ਆਪਣੀ 5ਵੀਂ ਕਲਾਸ ਯਾਦ ਆਉਂਦੀ ਹੈ ਮਨੇ 5ਵੀਂ ਕਲਾਸ ਦੇ ਟੀਚਰ ਜਿਹੜੇ ਉਹ ਵੀ ਬਹੁਤ ਯਾਦ ਆਉਂਦੇ ਨੇ ਮੈਨੂੰ ਹਜੇ ਤੱਕ ਉਹਨਾਂ ਦਾ ਨਾਮ ਵੀ ਯਾਦ ਹੈ ਮੈਂ ਇੱਕ ਵਰਗੀ ਮੈਂ ਮੇਰੀ ਇੰਨੀ ਜ਼ਿਆਦਾ ਯਾਦ ਹੋ ਗਈ ਮੈਂ ਸਕੂਲ ਦੀ ਹੈਡ ਟੀਚਰ ਹਾਂ ਤਾਂ ਮੈਨੂੰ ਉਹਨਾਂ ਦਾ ਨਾਮ ਤੱਕ ਯਾਦ ਹੈ ਕਿ ਇਕਪਾਲ ਮੈਡਮ ਨੇ ਮੈਨੂੰ ਪੜਾਇਆ ਸੀਗਾ ਤੇ ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਸੀਗਾ ਅਜੇ ਵੀ ਕਿਉਂਕਿ ਬੱਚੇ ਛੋਟੇ ਆ ਇਹ ਪ੍ਰਾਇਮਰੀ ਸਕੂਲ ਦੇ ਟੀਚਰਸ ਨੂੰ ਬਹੁਤ ਜ਼ਰੂਰ ਯਾਦ ਜ਼ਰੂਰ ਰੱਖਦੇ ਨੇ ਜੀ ਇਹ ਵੀ ਬੱਚੇ ਜਿਹੜੇ ਹੈਗੇ ਆ ਬਹੁਤ ਕੁਝ ਐਪਰੀਸ਼ੀਏਟ ਵਗੈਰਾ ਕੁਝ ਹੌਸਲਾ ਆਇਆ ਹੋਵੇ ਸਰਕਾਰ ਵੱਲੋਂ ਜਾਂ ਮੰਤਰੀ ਸਾਹਿਬ ਪਟਿਆਲਾ ਦੇ ਨੇ ਦੋ ਮੰਤਰੀ ਨੇ ਕੁਝ ਆਇਆ ਹੋਵੇ ਹੌਸਲਾ ਵਗੈਰਾ ਜਾਂ ਕੁਝ ਐਪਰੀਸ਼ੀਏਟ ਕਰਨ ਲਈ ਕੋਈ ਪਹੁੰਚਿਆ ਹੋਵੇ ਤੁਹਾਡੀ ਵੀਡੀਓ ਦੇਖ ਕੇ ਤੁਹਾਨੂੰ ਹਾਂਜੀ ਮੈਨੂੰ ਉਮੀਦ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਐਪਰੀਸ਼ੀਏਸ਼ਨ ਮਿਲੂਗੀ ਮੈਨੂੰ ਤੇ ਮੈਮ ਹੁਣ ਬੱਚੇ ਕਿਸ ਤਰ੍ਹਾਂ ਦਾ ਮਤਲਬ ਦੇਖਦੇ ਨੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਪੜਾ ਰਹੇ ਹੋ ਰੋਜ਼ ਹਨਾ ਸੋਮਵਾਰ ਆ ਕੇ ਹਨਾ ਉਰੇ ਸਕੂਲ ਡਰੈਸ ਪਾ ਕੇ ਬੱਚੇ ਕਿਸ ਤਰ੍ਹਾਂ ਕੁਲ ਮਿਲ ਜਾਂਦੇ ਨੇ ਬੱਚੇ ਬਿਲਕੁਲ ਪਿਆਰ ਨਾਲ ਗੱਲ ਕਰਦੇ ਨੇ ਜੀ ਬਹੁਤ ਹੀ ਅੱਛੇ ਤਰੀਕੇ ਨਾਲ ਬੱਚੇ ਬਿਹੇਵ ਕਰਦੇ ਨੇ ਮਤਲਬ ਇਹਨਾਂ ਦੇ ਵਿੱਚ ਵੀ ਜਿਹੜਾ ਜਦੋਂ ਬੱਚੇ ਰੋਜ਼ ਸਕੂਲ ਆਉਂਦੇ ਨੇ ਰੋਜ਼ ਪ੍ਰੋਪਰ ਯੂਨੀਫਾਰਮ ਚਾਹਦੇ ਕਿ ਡਿਸਪੀਸਪਲਨ ਦੇ ਵਿੱਚ ਆਉਂਦੇ ਨੇ ਤਾਂ ਬੱਚਿਆਂ 'ਚ ਆਪਣੇ ਆਪ ਹੀ ਆਪਣੇ ਟੀਚਰ ਦੇ ਨੇੜੇ ਹੋ ਜਾਂਦੇ ਨੇ ਉਹ ਜੀ ਜਦੋਂ ਰੋਜ਼ ਬੱਚੇ ਸਕੂਲ ਆਣਗੇ ਮੈਮ ਕਿੰਨੇ ਸਮੇ ਤੋਂ ਤੁਸੀਂ ਜਿਹੜਾ ਸਕੂਲ ਡਰੈਸ ਪਾ ਕੇ ਤੁਸੀਂ ਸਕੂਲ ਦੇ ਵਿੱਚ ਆ ਰਹੇ ਹੋ ਏ ਮੰਡੇ ਆਨੇ ਹੋ ਜਾਂ ਮਤਲਬ ਹੋਰ ਦਿਨ ਵੀ ਕੋਈ ਰੱਖਿਆ ਇਸ ਦੇ ਲਈ ਹਾਂਜੀ ਮੈਂ ਮੰਡੇ ਮੰਡੇ ਨੂੰ ਹੀ ਪਾ ਕੇ ਆਣੀ ਆ ਜੀ ਤਾਂ ਕਿ ਬੱਚਿਆਂ ਨੂੰ ਇੱਕ ਸਟਾਰਟ ਅਪ ਮਿਲ ਜਵੇ ਕਿਉਂਕਿ ਮੰਡੇ ਫਰਸਟ ਵੀਕ ਫਰਸਟ ਵੀਕ ਦਾ ਫਰਸਟ ਡੇ ਹੁੰਦਾ ਹੈ ਤਾਂ ਇੱਕ ਸਟਾਰਟ ਅਪ ਮਿਲ ਜਾਂਦਾ ਬੱਚਿਆਂ ਨੂੰ ਕਿ ਚਲੋ ਸਾਡੇ ਟੀਚਰ ਆਏ ਨੇ ਤਾਂ ਅਸੀਂ ਵੀ ਪੂਰਾ ਹਫਤਾ ਹੁਣ ਪਾ ਕੇ ਆਣੀ ਆ ਇਹਨਾਂ ਨੂੰ ਇਹੀ ਕਹੀਦਾ ਬੇਟਾ ਪ੍ਰੋਪਰ ਡਰੈਸ ਅਪ ਹੋ ਕੇ ਆਓ ਹਰ ਰੋਜ਼ ਡਰੈਸ ਅਪ ਹੋ ਕੇ ਆਓ ਜਿਸ ਤਰ੍ਹਾਂ ਹੁਣ ਲਿਖ ਰਿਹਾ ਮੈਮ ਕਿ ਸਾਰੇ ਬੱਚਿਆਂ ਨੇ ਸਕੂਲ ਡਰੈਸ ਪਾਈ ਹੋਈ ਹੈ ਤੁਹਾਡਾ ਇਹ ਮੈਸੇਜ ਸੀਗਾ ਕਿ ਜਿਹੜੇ ਬੱਚੇ ਸਕੂਲ ਡਰੈਸ ਨਹੀਂ ਪਾ ਕੇ ਆਂਦੇ ਉਹ ਸਕੂਲ ਡਰੈਸ ਜ਼ਰੂਰ ਪਾ ਕੇ ਪਹੁੰਚਣ ਹਨਾ ਹੁਣ ਸਾਰੇ ਬੱਚੇ ਸਕੂਲ ਡਰੈਸ ਪਾਏ ਹੋਏ ਹਨ ਪਹਿਲਾਂ ਮਤਲਬ ਕਿੰਨੇ ਕ ਬੱਚੇ ਸੀਗੇ ਜਿਹੜੇ ਉਹਰੇ ਸਕੂਲ ਡਰੈਸ ਨਹੀਂ ਪਾ ਕੇ ਆਂਦੇ ਸੀ ਜਾਂ ਕੋਈ ਕਾਰਨ ਹੁੰਦਾ ਸੀਗਾ ਹਾਂਜੀ 80% ਬੱਚੇ ਜਿਹੜੇ ਹਨ ਯੂਨੀਫਾਰਮ ਚ ਤਾਂਦੇ ਸੀਗੇ ਪਰ 20% ਦੀ ਥੋੜੀ ਪ੍ਰੋਬਲਮ ਸੀ ਉਹ ਹੁਣ ਉਹ ਵੀ ਵਧੀਆ ਮਤਲਬ ਬੱਚੇ ਪ੍ਰੋਪਰ ਡਰੈਸ ਅਪ ਪਿਆਦੇ ਜਿਸ ਤਰ੍ਹਾਂ ਤੁਸੀਂ ਇਹ ਮੈਸੇਜ ਸ਼ੁਰੂ ਕੀਤਾ ਨਾ ਇੱਕ ਸਕੂਲ ਡ ਉਸ ਤੋਂ ਬਾਅਦ ਜਿਹੜੇ 20% ਬੱਚੇ ਸੀਗੇ ਜਿਹੜੇ ਨਈਂ ਡਰੈਸ ਪਾ ਕੇ ਆਉਂਦੇ ਸੀ ਕੋਈ ਕਾਰਨ ਹੁੰਦਾ ਸੀਗਾ ਹੁਣ ਉਹ ਵੀ ਪਾ ਕੇ ਆਣ ਲੱਗੇ ਕਿਸ ਤਰ੍ਹਾਂ ਦਾ ਮਨ ਨੂੰ ਲੱਗਦਾ ਬਹੁਤ ਅੱਛਾ ਲੱਗਦਾ ਜੀ ਕਿਉਂਕਿ ਸਕੂਲ ਜਿਹੜਾ ਹੈਗਾ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਜਦੋਂ ਸਕੂਲ ਵਿੱਚ ਬੱਚਾ ਐਂਟਰ ਕਰਦਾ ਤਾਂ ਇੱਕ ਡਿਸਪਲਾਈਨ ਵਿੱਚ ਕਰਦਾ ਤੇ ਇੱਕ ਵਰਦੀ ਪਾਈ ਹੁੰਦੀ ਹੈ ਤਾਂ ਉਹ ਬੱਚੇ ਇੱਕਸਾਰ ਲੱਗਣੇ ਚਾਹੀਦੇ ਨੇ ਉਹਨਾਂ ਵਿੱਚ ਐਵੇਂ ਲੱਗਦਾ ਕਿ ਇੱਕ ਯੂਨਿਟੀ ਹੈ ਐਵੇਂ ਲੱਗਦਾ ਕਿ ਜਦੋਂ ਬੱਚੇ ਪ੍ਰੋਪਰ ਡਰੈਸ ਅਪ ਇੱਕ ਡਰੈਸ ਦੇ ਵਿੱਚ ਪਾਉਣਗੇ ਡਰੈਸ ਕੋਡ ਦੇ ਵਿੱਚ ਤਾਂ ਯੂਨਿਟੀ ਵਿੱਚ ਹੋਣਗੇ ਉਹ ਬੱਚੇ ਤਾਂ ਇਸੇ ਨੂੰ ਸਾਨੂੰ ਵੀ ਅੱਛਾ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹ ਪ੍ਰੋਪਰ ਡਰੈਸ ਅਪ ਹੋ ਕੇ ਆਏ ਨੇ ਤੇ ਉਹ ਇੱਕ ਤਰ੍ਹਾਂ ਦੀ ਉਹਨਾਂ ਦੇ ਵਿੱਚ ਯੂਨਿਟੀ ਪਰਫਾਰਮ ਹੁੰਦੀ ਹੈ ਤੇ ਮੈਮ ਬਾਕੀ ਅਧਿਆਪਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਇੱਕ ਰਿਸ਼ਤਾ ਜਿਹੜਾ ਕਾਫੀ ਵੱਡਾ ਰਿਸ਼ਤਾ ਹੁੰਦਾ ਵਿਦਿਆਰਥੀ ਤੇ ਅਧਿਆਪਕ ਦਾ ਕਹਿੰਦੇ ਜੇ ਉਹ ਕਾਮਯਾਬ ਹੋ ਜਾਏ ਬੱਚੇ ਦੀ ਜ਼ਿੰਦਗੀ ਬਣ ਜਾਂਦੀ ਹੈ ਤੇ ਬਾਕੀ ਅਧਿਆਪਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਬਾਕੀ ਅਧਿਆਪਕਾਂ ਨੂੰ ਵੀ ਇਸ ਲਈ ਕੁਝ ਨਾ ਕੁਝ ਇਹੋ ਜਿਹੇ ਐਫਰਟਸ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਕਿ ਜਿਸ ਨਾਲ ਬੱਚੇ ਜਿਹੜੇ ਸਾਨੂੰ ਆਪਣੇ ਹੋਰ ਨੇੜੇ ਮਹਿਸੂਸ ਕਰਨ। ਤੇ ਬਿਲਕੁਲ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਨ ਜਾਵਾਂਗੇ ਸਾਡੇ ਨਾਲ ਜੁੜੇ ਹੋ ਤੁਸੀਂ ਤੇ ਬੱਚਿਆਂ ਦੇ ਲਈ ਤੁਸੀਂ ਇਹ ਮੈਸੇਜ ਸੋਚਿਆ। ਥੈਂਕ ਯੂ ਥੈਂਕ ਯੂ ਸਰ। ਸਾ ਬਿਲਕੁਲ ਇਹਨਾਂ ਮੈਡਮ ਇੰਦਰਜੀਤ ਖੋਖਰ ਜਿਨ੍ਹਾਂ ਨੇ ਇੱਕ ਵਧੀਆ ਜਿਹੜਾ ਮੈਸੇਜ ਜਿਹੜਾ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਜਿਹੜਾ ਦਿੱਤਾ ਹੈ ਕਿਉਂਕਿ ਸਕੂਲ ਦੇ ਵਿੱਚ ਸਕੂਲ ਡਰੈਸ ਪਾ ਕੇ ਜਿਹੜਾ ਮੈਮ ਪਹੁੰਚ ਰਹੇ ਨੇ ਜਿਸ ਦੇ ਨਾਲ ਜਿਹੜੇ 20% ਬੱਚੇ ਸਕੂਲ ਦੇ ਵਿੱਚ ਡੈਸ ਪਾ ਕੇ ਨਹੀਂ ਆਉਂਦੇ ਸੀਗੇ ਲੇਕਿਨ ਡ्रेस ਦੇ ਵਿੱਚ ਦਿਖਾਈ ਦੇ ਰਹੇ ਨੇ ਸਕੂਲ ਡਰੈਸ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਬੱਚਿਆਂ ਦੇ ਨਾਲ ਮੈਡਮ ਐਨਾ ਕੁਲ ਮਿਲ ਚੁਕੇ ਨੇ ਕਿ ਉਹਨਾਂ ਦੇ ਨਾਲ ਦੀ ਡਰੈਸ ਜਿਹੜੀ ਹੈ ਹਲੇ ਵੀ ਸਕੂਲ ਦੇ ਵਿੱਚ ਪਾ ਕੇ ਆ ਰਹੇ ਨੇ ਤੇ ਬਾਕੀ ਅਧਿਆਪਕਾਂ ਨੂੰ ਵੀ ਉਹ ਮੈਸੇਜ ਦਿੱਤਾ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦਾ ਕਨਸੈਪਟ ਜ਼ਰੂਰ ਕਰੋ ਤਾਂ ਜੋ ਵਿਦਿਆਰਥੀ ਨੇ ਉਹ ਚੰਗੀ ਸਿੱਖਿਆ ਪ੍ਰਾਪਤ ਕਰ ਸਕਣ ਜਦਕਿ ਬਹੁਤ ਜਗਬਾਨੀ ਟੀਵੀ ਪਟਿਆਲਾ